ਹਾਂਜੀ ਡਾਕਟਰ ਸਾਹਿਬ, ਜਿਹੜਾ ਇੱਕ ਤੁਹਾਡੇ ਦੇ ਜਿਹੜੇ ਉਸ ਪੇਸ਼ੈਂਟ ਵੱਲੋਂ ਜਿਹੜੇ ਬਲਜਿੰਦਰ ਟਰੋਮਾ ਆ ਰਿਹਾ ਤਾ, ਉਹਦੀ ਵਾਈਫ ਵੱਲੋਂ ਆਰੋਪ ਲੱਗੀ ਆ ਜੀ ਤੁਸੀਂ ਇੱਕ ਗਲਤ ਤਰੀਕੇ ਨਾਲ ਰੋਈ ਐੱਫ ਆਰ ਜਿਹੜੀ 25-26 ਦਾ ਰੋਈ ਕੇਸ ਤਿਆਰ ਕੀਤਾ ਵਾ, ਉਹਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ? ਸਰ, 25-26 ਦਾ ਕੇਸ ਜਿਹੜਾ ਅਸੀਂ ਤਿਆਰ ਨਹੀਂ ਕਰਦੇ। ਅਸੀਂ ਤਾਂ ਮਰੀਜ਼ ਦੀਆਂ ਜੋ ਸੱਟਾਂ ਉਹ ਨੋਟ ਕਰਦੇ ਹਾਂ, ਉਹ ਨੋਟ ਕਰਕੇ ਐੱਮ ਐੱਲ ਆਰ ਕਰ ਦਿੰਦੇ ਹਾਂ। 25-26 ਜਿਹੜੇ ਐਕਸਰੇ ਤੋਂ ਬਾਅਦ ਜਿਹੜੀ ਮਿਲਦੀ ਆ, ਉਹ ਪਹਿਲਾਂ ਕੁਛ ਨਹੀਂ ਕਮੈਂਟ ਕਰ ਸਕਦਾ। ਜਿਹੜੇ ਦੂਸਰੇ ਪੇਸ਼ੈਂਟ ਦੇ ਜੀ ਕਹਿੰਦੇ 25-26 ਬਣੀ ਆ, ਉਹ ਮੈਂ ਨਹੀਂ ਪਰਚਾ ਕੱਟਿਆ, ਮੇਰੀ ਡਿਊਟੀ 8 ਵਜੇ ਤੋਂ ਬਾਅਦ ਖਤਮ ਹੋ ਗਈ, ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਅਤੇ ਜਿਹੜੀ ਹੁਣ ਸਰ ਜਾਂਚ ਕਮੇਟੀ ਬਿਠਾਈ ਆ ਐੱਸ ਐੱਮ ਓ ਵੱਲੋਂ 3 ਮੈਂਬਰੀ, ਉਹਦੇ ਬਾਰੇ ਜਾਣਨਾ ਚਾਹੁੰਦੇ? ਉਹ ਸਰ ਐੱਸ ਐੱਮ ਓ ਦਾ ਪ੍ਰੈਰੋਗੇਟਿਵ ਹੈ, ਐੱਸ ਐੱਮ ਓ ਮਤਲਬ ਜਾਂਚ ਕਮੇਟੀ ਆ, ਉਹ ਆਪਣੇ ਲੈਵਲ ਦੀ ਰਿਪੋਰਟ ਦੇਣਗੇ। ਜਦੋਂ ਮੈਨੂੰ ਬੁਲਾਇਆ ਜਾਊਗਾ, ਮੈਂ ਉਹਨਾਂ ਦੇ ਸਾਹਮਣੇ ਖੜਾ ਰਹਾਂਗਾ। ਚਲੋ, ਤੁਸੀਂ ਇਹ ਮਤਲਬ ਦੱਸਣਾ ਚਾਹੁੰਦੇ ਆ ਜੀ, ਜਿਹੜੀ ਆਪਣੇ ਐੱਮ ਆਰ ਜਿਹੜੀ ਮੰਨ ਲਓ ਤਿਆਰ ਹੋ ਰਹੀ ਆ, ਹੋਈ ਆ ਜਾਂ ਮੰਨ ਲਓ ਹੋਣੀ ਆ, ਜਿਸ 'ਤੇ ਆਰੋਪ ਲਾਏ ਦੇਵੇ ਤੁਹਾਡੇ, ਉਹਦੇ ਬਾਰੇ ਤੁਸੀਂ ਇਹ ਕਹਿ ਰਹੇ ਜੀ ਮਤਲਬ ਤੁਹਾਡੇ ਵੱਲੋਂ ਰੋਈ ਇੱਧਰ ਹੀ ਰਿਪੋਰਟ ਤਿਆਰ ਨਹੀਂ ਕੀਤੀ? ਨਹੀਂ ਸਰ, ਮੇਰੀ ਵੱਲੋਂ ਕੋਈ 25-26 ਦੀ ਕੋਈ ਇੱਦਾਂ ਦੀ ਰਿਪੋਰਟ ਬੇਸਿਕ ਸ਼ੁਰੂ 'ਚ ਕੋਈ ਤਿਆਰ ਨਹੀਂ ਹੁੰਦੀ, ਉਹ ਐਕਸਰੇ ਤੋਂ ਬਾਅਦ ਹੀ ਜੋ ਵੀ ਹੁੰਦਾ। ਐਕਸਰੇ ਅਜੇ ਤੱਕ ਮੇਰੇ ਕੋਲ ਪਹੁੰਚੀ, ਕਿਉਂਕਿ ਪਿਛਲੇ ਕਾਫੀ ਚਿਰ ਤੋਂ ਇਹ ਚਰਚੇ ਆ ਰਹੇ ਜੀ ਐਮਰਜੈਂਸੀ 'ਚ ਪੈਸੇ ਦੇ ਕੇ ਜਿੱਧਰ ਮਰਜ਼ੀ ਕੇਸ ਤਿਆਰ ਕਰ ਲਓ, ਐੱਮ ਆਰ ਆਰ ਬਣ ਤਿਆਰ ਹੋ ਜਾਂਦੀ ਆ। ਅਤੇ ਪਿਛਲੇ ਜਿਹੇ ਸਮੇਂ 'ਚ ਵੀ ਅਸੀਂ ਖਬਰ ਲਾਈ ਸੀ ਕਿ ਕੁਛ ਡਾਕਟਰ ਵੱਲੋਂ ਜਿਹੜੀ ਗਲਤ ਤਰੀਕੇ ਦੇ ਨਾਲ ਐੱਮ ਆਰ ਆਰ ਤਿਆਰ ਕੀਤੀ ਜਾਂਦੀ ਆ, ਇਹ ਇਹੀ ਰੋਪਾਂ ਦੇ ਵਿੱਚ ਹੁਣ ਤੁਹਾਡਾ ਨਾਂ ਵੀ ਆ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਦੇ ਬਾਰੇ ਸਰ ਮੈਨੂੰ ਕੋਈ ਪਤਾ ਨਹੀਂ, ਕੋਈ ਪੈਸੇ ਦਾ ਕੋਈ ਲੈਣ ਦੇਣ ਨਹੀਂ ਮੇਰੀ ਵੱਲੋਂ, ਕੋਈ ਲੈਣ ਦੇਣ ਨਹੀਂ ਨਾ, ਮੈਂ ਨੋਟਿਸ ਪੱਤਰ ਮੈਨੂੰ ਆਇਆ ਇੱਦਾਂ ਦਾ। ਰਹੀ ਜਿਹੜਾ ਕੇਸ ਆ ਉਹ ਮੈਂ ਤੁਹਾਨੂੰ ਸਪਸ਼ਟ ਕਰ ਦਿੱਤਾ। ਹਾਂਜੀ 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 ਭਾਈ, ਕੀ ਨਾਮ ਆਪਣਾ? ਕਿਹੜਾ ਪਿੰਡ? ਰਜਿੰਦਰ ਕੁਮਾਰ। ਕਿਹੜਾ ਪਿੰਡ? ਕੋਗਲ ਪੁਰਜੀ। ਜਿਹੜੀ ਰਾਤੀ ਲੜਾਈ ਕੀ ਮਤਲਬ ਕੀ ਗੱਲ ਹੋਈ? ਹਾਂਜੀ ਸਰ, ਮੈਂ ਡਿਊਟੀ ਆ ਰਿਹਾ ਸੈਨਿਕ ਸਕੂਲ, 6 ਵਜੇ ਡਿਊਟੀ ਸੀ ਮੇਰੀ, 5:30 ਵਜੇ ਉਹਨਾਂ ਨੇ ਮੈਨੂੰ ਝੱਲ ਦੇ ਘੇਰ ਲਿਆ 20-25 ਮੁੰਡੇ। ਅਤੇ ਨਾਮ ਕਿਉਂ? ਨਾਮ ਇੱਕ ਦਾ ਨਾਂ ਪਿੰਡ ਇੱਕ ਲਾਲਾ ਵਾ ਅਤੇ ਇੱਕ ਹੈਪੀ ਆ, 25-30 ਮੁੰਡੇ ਸੀ ਅਤੇ ਇਹਨਾਂ ਨੇ ਮੈਂ ਨਾਂ ਵਾਰਦਾਤ ਕੀਤੀ। ਬਾਕੀ ਨਾਲ ਦਿਓ ਉਹਨਾਂ ਦੇ? ਨਾਲ ਦਿਓ ਜੋ ਬਾਹਰੋਂ ਮੁੰਡੇ। ਕੋਈ ਪੁਰਾਣੀ ਰੰਜਿਸ਼? ਨਹੀਂ ਸਰ, ਪਤਾ ਵੀ ਨਹੀਂ ਮੈਨੂੰ ਕੀ ਗੱਲਬਾਤ, ਮੇਰੇ ਦਿਲ 'ਚ ਹੈ ਨਹੀਂ ਕੋਈ। ਤੁਸੀਂ ਕਿਹੋ ਜਿਹੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਸਰ, ਇਹਨਾਂ ਨੂੰ ਸਾਥ ਦਿੱਤਾ ਜਾਵੇ, ਮੈਨੂੰ ਇਹਨਾਂ ਨੂੰ ਭੇਜਿਆ ਜਾਵੇ ਜੇਲ੍ਹ, ਜਿਹੜੀ ਵਾਰਦਾਤ ਮੇਰੇ ਨਾਲ ਕੀਤੀ। ਪਹਿਲਾਂ ਵੀ ਕਦੀ ਕੋਈ ਵਾਰਦਾਤ ਹੋਈ? ਨਹੀਂ ਨਹੀਂ ਸਰ, ਪਹਿਲਾਂ ਤਾਂ ਮੇਰੇ ਹੈ ਨਹੀਂ ਕੋਈ ਗੱਲਬਾਤ। ਸਵੇਰੇ ਮੇਰੇ ਕੋਲ ਅੱਜ ਕੰਪਲੇਂਟ ਲੈ ਕੇ ਆਈ ਸੀ ਪਾਰਟੀ, ਅਤੇ ਉਹਨਾਂ ਦੇ ਆਪਣੀ ਪਾਰਟੀ ਲਵਪ੍ਰੀਤ ਸਿੰਘ ਸਾਨੂੰ ਪਿੰਡ ਰਹਿਣਾ ਦਾ ਗੋਕਲਪੁਰ, ਲਵਪ੍ਰੀਤ ਸਿੰਘ ਅਤੇ ਇਹ ਆਪੇ ਸੱਟਾਂ ਲਵਾ ਕੇ ਅਤੇ ਆ ਕੇ ਉਹਨਾਂ ਨੂੰ ਪਰਚਾ ਕਰਾਇਆ, ਅਤੇ ਉਹਦੇ 'ਤੇ ਸਾਈਨ ਕੀਤੇ ਗਏ ਮਤਲਬ ਕਾਫੀ ਪਿੰਡ ਵਾਲੇ ਨੇ, ਅਤੇ ਮੈਨੂੰ ਤਾਂ ਠੀਕ ਲੱਗ ਗਿਆ ਇਹਨਾਂ ਦੀ ਕੰਪਲੇਂਟ। ਇਹਨਾਂ ਦੀ ਕੰਪਲੇਂਟ ਦੇ ਸੰਬੰਧ ਦੇ ਵਿੱਚ ਮੈਂ ਹੁਣ ਪਿੰਡ ਡਾਕਟਰਾਂ ਦਾ ਬੋਰਡ ਬਿਠਾਇਆ, ਜਿਹੜਾ ਕਿ ਇਹਦਾ ਉਹਦੀ ਇਗਜ਼ਾਮਿਨ ਕਰਕੇ ਅਤੇ ਤੱਥਾਂ ਤੋਂ ਸਾਨੂੰ ਜੋ ਵੀ ਹੋਊਗਾ ਉਹ ਚੈੱਕ ਆਪਾਂ ਕੱਢ ਕੇ ਪੁਲਿਸ ਨੂੰ ਭੇਜਾਂਗੇ, ਤਾਂ ਕਿ ਜਿਹੜਾ ਵੀ ਮੁਲਜ਼ਮ ਆ ਜਿਹਨੇ ਵੀ ਗਲਤ ਕੀਤਾ ਉਹਦੇ ਖਿਲਾਫ਼ ਕਰਾਂਗੇ। ਸਰ, ਜਿਹੜੇ ਕਿ ਡਾਕਟਰ ਸਤਪਾਲ ਦੇ ਉੱਤੇ ਵੀ ਗਲਤ ਤਰੀਕੇ ਨਾਲ ਪੈਸੇ ਲੈ ਕੇ ਐੱਮ ਐੱਲ ਤਿਆਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪੈਸੇ ਲੈਣ ਬਾਰੇ ਤਾਂ ਹੁਣ ਮੈਂ ਕੁਛ ਕਹਿ ਨਹੀਂ ਸਕਦਾ, ਕਿਉਂਕਿ ਇਹ ਤਾਂ ਹੁਣ ਪੁਲਿਸ ਨੂੰ ਦੇਖਣਾ ਪੈਣਾ ਕਿ ਪੈਸੇ ਲਏ ਕਿ ਨਹੀਂ ਲਏ, ਜਾਂ ਫਿਰ ਪੁਲਿਸ ਨੂੰ ਕੰਪਲੇਂਟ, ਮਤਲਬ ਪੈਸੇ ਦੇ ਲੈਣ ਦੇਣ ਦੀ ਕੰਪਲੇਂਟ ਜਿਹੜੀ ਹੈ ਪੁਲਿਸ ਨੂੰ ਚਾਹੀਦੀ। ਬਾਕੀ ਲੋਕਲ ਜਿਹੜਾ ਮੈਂ ਆਪਣਾ ਮੈਡੀਕਲ ਲੀਗਲ ਦਾ ਵੈਰੀਫਿਕੇਸ਼ਨ ਦਾ ਬੋਰਡ ਦਾ ਕੰਮ, ਉਹ ਆਪਾਂ ਆਪਣੇ ਸਰ ਜਿਹੜੀ ਕਿ ਗਲਤ ਐੱਮ ਐੱਲ ਆਰ ਕੱਟੀ ਗਈ ਤਾਂ ਉਹ ਕੋਈ ਕੈਂਸਲ ਵੀ ਕੀਤੀ ਜਾਊਗੀ? ਜੇ ਉਹ ਗਲਤ ਹੋਈ ਗਈ ਤਾਂ ਕੈਂਸਲ ਹੋ ਜਾਏਗੀ, ਉਹਦੇ ਖਿਲਾਫ਼ ਆ ਜਾਏਗਾ ਕਿ ਸੈਲਫ ਹੋਈ ਹੈ ਵਾਕਈ ਵੀ ਲਗਾਈ ਜਾ ਸਕਦੀ ਜਾਂ ਫਿਰ ਲਗਾ ਕੇ। ਸਰ, ਜਿਹੜੀ ਕਿ ਇਹ ਵਾਰਦਾਤ ਆਏ ਦਿਨ ਮਤਲਬ ਕਿ ਹੋਸਪਿਟਲ ਦੇ ਵਿੱਚ ਕੇਸ ਆ ਰਹੇ ਆ ਕਿ ਜਿਹੜੇ ਕਿ ਗਲਤ ਤਰੀਕੇ ਨਾਲ ਐੱਮ ਐੱਲ ਆਰ ਕੱਟੀ ਜਾ ਰਹੀ ਹੈ ਡਾਕਟਰਾਂ ਵੱਲੋਂ, ਤਾਂ ਉਹਦੇ ਲਈ ਵੀ ਕੋਈ ਸਖ਼ਤ ਕੋਈ ਕਾਨੂੰਨ ਬਣਾਇਆ ਜਾਊਗਾ? ਡਾਕਟਰਾਂ ਵੱਲੋਂ ਤਾਂ ਹੁਣ ਕੀ ਕਹਿ ਸਕਦੇ ਹਾਂ, ਲੋਕ ਜਿਹੜੇ ਆਪ ਹੀ ਸੱਟਾਂ ਤੋਂ ਲਵਾ ਕੇ ਆ ਜਾਂਦੇ ਆ, ਜੇ ਡਾਕਟਰ ਤਾਂ ਐਮਰਜੈਂਸੀ 'ਚ ਬਿਜ਼ੀ ਇੰਨੇ ਜ਼ਿਆਦਾ ਹੁੰਦੇ ਆ ਕਿ ਉਹਨਾਂ ਕੋਲ ਇੰਨਾ ਆਪਾਂ ਕਹਿਣਾ ਕਿ ਡਾਕਟਰ ਨੇ ਲਾਈ ਹੈ ਤਾਂ ਕਹਿਣਾ ਤਾਂ ਠੀਕ ਨਹੀਂ ਲੱਗ ਰਿਹਾ, ਕਿਉਂਕਿ ਅੱਜ ਕੱਲ੍ਹ ਲੋਕ ਆਪ ਹੀ ਸੱਟਾਂ ਲਵਾ ਕੇ, ਇਹਦੇ ਵਾਸਤੇ ਚਾਹੀਦਾ ਪੁਲਿਸ ਵੀ ਵੈਰੀਫਿਕੇਸ਼ਨ ਕਰੇ, ਜਿਹੜੇ ਕੋਈ ਖਾਸ ਬੰਦੇ ਕੰਮ ਕਰਦੇ ਆ ਅਤੇ ਉਹਨਾਂ ਨੂੰ ਅਰੈਸਟ ਕਰਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਜੋ ਬਣਦੀ। ਹਾਂਜੀ, ਕੀ ਨਾਮ ਤੁਹਾਡਾ, ਕਿਹੜਾ ਪਿੰਡ ਜੀ? ਗੁਰਦੀਪੁਰ ਮੇਰਾ ਨਾਮ ਆ। ਰਾਤ ਜੀ ਅਸੀਂ 12 ਵਜੇ ਦੋਵੇਂ ਨੂੰ ਸੱਸ ਵਾਏ ਇੱਧਰ ਆ ਗਈ ਆ, ਅਤੇ 3 ਮੋਟਰਸਾਈਕਲਾਂ 'ਤੇ ਬੰਦੇ ਘੁੰਮਦੇ ਰਹੇ, ਅਸੀਂ ਆਪ ਨਾ ਡਰਦੀਆਂ ਉੱਠ ਗਏ ਅਤੇ ਨਾ ਅਸੀਂ ਉੱਠੇ ਹੀ ਆ ਡਰਦੇ,
ਇਹ ਮੋਟਰਸਾਈਕਲ ਲੈ ਕੇ ਤੇ ਸਾਡੇ ਕੌਣ ਬੰਦੇ ਕੋਲ ਜਿਹੜਾ ਕੱਲ ਹੋਇਆ ਉਹ ਮੇਰਾ ਮੁੰਡਾ 5:30 ਆਇਆ ਵਾ ਆ ਕੇ ਤੇ ਇਹ ਰਾਹ 'ਚ ਬਹਿ ਗਿਆ ਆ ਕਾਪੇ ਕੂਪੇ ਲੈ ਕੇ ਡਿਊਟੀ 'ਤੇ ਚੱਲੇ ਸੀਗੇ ਤੇ ਇਹਨਾਂ ਨੇ ਰਾਹ ਵਿੱਚ ਉਹਦੇ ਮਾਰ ਘਾਟ ਬਹੁਤ ਕੀਤੀ ਆ ਕਿਹੜੇ ਮੁੰਡੇ ਕੀ ਨਾਮ ਕਿ ਉਹਨਾਂ ਦੇ ਮੇਰਾ ਨਾਮ ਬਲਜਿੰਦਰ ਨਹੀਂ ਉਹਨਾਂ ਦੇ ਨਾਮ ਕੀ ਮੁੰਡੇ ਦੇ ਜਿਨ੍ਹਾਂ ਨੇ ਕੁੱਟਿਆ ਮੁੰਡਾ ਜਿਨ੍ਹਾਂ ਕੁੱਟਿਆ ਇੱਕ ਦਾ ਨਾਮ ਹੈਗਾ ਕੀ ਪਾ ਮਾਰਾ ਹੈਪੀ ਇੱਕ ਰਾਮ ਚੰਦ ਉਹਦਾ ਨਾਮ ਆ ਤੇ ਇੱਕ ਹੈਗਾ ਮਹਿੰਦਰ ਮਹਿੰਦਰ ਦਾ ਮੁੰਡਾ ਵਾ ਕੀ ਕੋਈ ਪੁਰਾਣੀ ਰੰਜਿਸ਼ ਤੁਹਾਡੇ ਨਾਲ ਕੀ ਚੱਕਰ ਇਹ ਜੀ ਗੱਲ ਕੋਈ ਨਹੀਂ ਪਰ ਉਹ ਦੀਵਾਲੀ 'ਤੇ ਮੁੰਡੇ ਮੁੰਡੇ ਝਗੜੇ ਮਾਰਾ ਜਾ ਮੁੰਡੇ ਝਗੜੇ ਆ ਇਹ ਨਸ਼ਾ ਕਰਕੇ ਕੱਲ੍ਹ ਆਏ ਆ ਮੁੰਡੇ ਮੇਰੇ ਨੂੰ ਮਾਰ ਕੁੱਟ ਕਰ ਗਏ ਆ ਜੇ ਨਾ ਉਹ ਜਾਂਦੇ ਤਾਂ ਮਰ ਜਾਣਾ ਸੀ ਵਿਚਾਰੇ ਨੇ ਪੁਲਿਸ ਵਾਲਿਆਂ ਨੇ ਫੜਿਆ ਹੁਣ ਤੁਸੀਂ ਕਿਹੋ ਜਿਹੀ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਜਿਹੜੀ ਵੀ ਹੋ ਸਕਦੀ ਤੁਸੀਂ ਕਰਨੀ ਆ ਹਾਂਜੀ ਜੇ ਮੇਰੇ ਮੁੰਡੇ ਨੂੰ ਕੁਛ ਹੋ ਜਾਂਦਾ ਤਾਂ ਬੱਚੇ ਕਿੱਥੋਂ ਖਾਂਦੇ 10,000 ਨਕਲੀ ਬਣਦਾ ਵਾ ਉਹ ਹੁਣ ਵਿਚਾਰਾ ਜੇ ਡਿਊਟੀ ਜਾਂਦਾ ਸੀ ਤਾਂ ਪੈਸੇ ਮਿਲਦੇ ਹੁਣ ਉਹਨੂੰ ਕਿੱਥੋਂ ਮਿਲਣੇ ਆਹ ਗੱਲ ਹੈ ਪੂਰੀ ਕਾਰਵਾਈ ਇਹਨਾਂ ਨਾਲ ਹੋਣੀ ਚਾਹੀਦੀ ਜਿੱਦਾਂ ਮੇਰੇ ਪੁੱਤ ਨੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜੀ ਮੈਂ ਇਹ ਕਹਿੰਦੀ ਹਾਂ ਹੱਥ ਜੋੜ ਕੇ ਮੇਰਾ ਪੁੱਤ ਜਿਹੜਾ ਵਾ ਨਾ ਉਹ ਭਲਾ ਮਾਨਸ ਜਿਹੜਾ ਮਰਜ਼ੀ ਬੰਦੇ ਦੀ ਪਿੰਡ ਦੇ ਵਿੱਚੋਂ ਤੁਸੀਂ ਪੁੱਛ ਲਓ ਵੀ ਇਹ ਕਿੱਦਾਂ ਦੇ ਇਹਦੇ ਬੱਚੇ ਆ ਮੇਰੇ ਬੱਚਿਆਂ ਨੂੰ ਤਾਂ ਪਿੰਡ ਸਾਰਾ ਸੁਣਾਉਂਦਾ ਵਾ ਵੀ ਇਹ ਬੱਚੇ ਕਿੱਦਾਂ ਦੇ ਆ ਅਤੇ ਵਿਚਾਰੇ ਕਿਸੇ ਨੂੰ ਮਾੜਾ ਚੰਗਾ ਵੀ ਨਹੀਂ ਬੋਲਦੇ ਹਾਂਜੀ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਮਨਜੀਤ ਕੌਰ ਆ ਹਾਂਜੀ ਕਿਹੜਾ ਪਿੰਡ ਆ ਕੋਕਰਪੁਰ ਸਰ ਹਾਂਜੀ ਕੀ ਗੱਲ ਕੀ ਹੋਈ ਸੀ ਸਰ ਮੇਰੇ ਹਸਬੈਂਡ ਨੂੰ 12 ਤਰੀਕ ਨੂੰ ਤਕਰੀਬਨ 5:30 ਸਰ ਡਿਊਟੀ 'ਤੇ ਆਉਂਦੇ ਪਏ ਸੀ ਕਿ ਸੈਨਿਕ ਸਕੂਲ ਡਿਊਟੀ ਕਰਦੇ ਆ ਸਰ ਅਤੇ ਸਰ ਉਹਨਾਂ ਨੂੰ ਹਰਪ੍ਰੀਤ ਸਿੰਘ ਹੈਪੀ ਅਤੇ ਲਵਪ੍ਰੀਤ ਸਿੰਘ ਲਾਲਾ ਸਰ ਉਹਨਾਂ ਨੇ ਬੰਦੇ ਨਾਲ ਲੈ ਕੇ ਸਰ ਕਤਲੇਆਮ ਉਹਨਾਂ 'ਤੇ ਹਮਲਾ ਕੀਤਾ ਵਾ ਅਤੇ ਉਹਨਾਂ ਨੂੰ ਸਰ ਦਾਤਾਂ ਟੋਕਿਆਂ ਦੇ ਨਾਲ ਕੁੱਟ ਕੇ ਅਤੇ ਸਰ ਸਿੱਟ ਗਏ ਆ ਅਤੇ ਸਰ ਉਹਨਾਂ ਨੂੰ ਸਿਵਲ ਹੋਸਪਿਟਲ ਕਪੂਰਥਲਾ ਦੇ ਵਿੱਚ ਸਰ ਦਾਖਲ ਕਰਵਾਇਆ ਗਿਆ ਵਾ ਅਤੇ ਸਰ ਵਿਰੋਧੀ ਧਿਰ ਦਾ ਜਿਹੜਾ 6:00 ਸਰ ਇਹਨਾਂ ਨੂੰ ਦਾਖਲ ਕਰਵਾਇਆ ਅਤੇ ਵਿਰੋਧੀ ਧਿਰ ਦਾ ਜਿਹੜਾ ਇੱਕ ਬੰਦਾ ਵਾ ਉਹ ਤਕਰੀਬਨ 10 ਤੋਂ 11 ਵਜੇ ਰਾਤ ਨੂੰ ਸਰ ਦਾਖਲ ਹੁੰਦਾ ਗਿਆ ਵਾ ਅਤੇ ਸਰ ਆਪ ਸੱਟਾ ਲਾ ਕੇ ਅਤੇ ਸਰ ਉਹ ਜੀ ਉਹਦੀ ਵੀ ਸਰ ਜਿਹੜੇ ਡਾਕਟਰ ਸਤਪਾਲ ਵਾ ਸਰ ਉਹਨਾਂ ਨੇ ਪੈਸੇ ਲੈ ਕੇ ਸਰ 25-26 ਦਾ ਕੇਸ ਜਿਹੜਾ ਵਾ ਬਣਾ ਦਿੱਤਾ ਹੋਇਆ ਵਾ ਇਸ ਸੰਬੰਧੀ ਕੋਈ ਤੁਸੀਂ ਕੰਪਲੇਂਟ ਕੀਤੀ ਸੀ ਸਰ ਮੈਂ SMO ਸਰ ਨੂੰ ਸਰ ਅੱਜ ਹੀ ਸਵੇਰੇ 9:00 ਸਰ ਮੈਂ ਉਹਨਾਂ ਨੂੰ ਕੰਪਲੇਂਟ ਕਰ ਦਿੱਤੀ ਹੋਈ ਹੈ ਡਾਕਟਰ ਸਤਪਾਲ ਦੇ ਖਿਲਾਫ ਅਤੇ ਸਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਤਪਾਲ ਡਾਕਟਰ ਸਾਹਿਬ ਦੇ ਖਿਲਾਫ ਵੀ ਅਤੇ ਉਹਨਾਂ ਵਿਰੋਧੀ ਧਿਰ ਦੇ ਖਿਲਾਫ ਵੀ ਜੋ ਆਪ ਸੱਟਾ ਲਾ ਕੇ ਮੇਰੇ ਹਸਬੈਂਡ ਨੂੰ ਮਾਰ ਕੇ ਅਤੇ ਸਰ ਉਹਨਾਂ ਨੂੰ ਹੱਦ ਮੋਇਆ ਕਰਕੇ ਸਿੱਟ ਕੇ ਅਤੇ ਸਰ ਉਹ ਸਾਨੂੰ ਨਿਆਂ ਚਾਹੀਦਾ ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਅਜੇ ਵੀ ਪੈਸੇ ਲੈ ਕੇ ਗਲਤ ਤਰੀਕੇ ਨਾਲ ਮਿਲ ਇਹੀ ਕੰਮ ਹੋਇਆ ਵਾ ਸਰ ਕਿਉਂਕਿ ਡਾਕਟਰ ਅੰਨੇ ਤਾਂ ਨਹੀਂ ਹੈ ਡਾਕਟਰਾਂ ਨੂੰ ਸਭ ਦੇਖ ਰਿਹਾ ਵਾ ਵੀ ਕਿਹੜੇ ਇਨਸਾਨ ਦੇ ਸਿਰ ਦੇ ਵਿੱਚ 4 ਥਾਂ ਦਾਤਰ ਮਾਰੇ ਹੋਏ ਆ ਡੂੰਘੇ ਜ਼ਖਮ ਆ ਸਰ ਉਹਨਾਂ ਨੂੰ ਗੁੱਝੀਆਂ ਸੱਟਾਂ ਦੱਸਦੇ ਪਏ ਆ MLR ਰਿਪੋਰਟ ਦੇ ਵਿੱਚ ਸਰ ਗੁੱਝੀਆਂ ਸੱਟਾਂ ਦੱਸ ਰਹੇ ਆ ਉਹਨਾਂ ਨੂੰ ਦਿਸ ਨਹੀਂ ਰਿਹਾ ਲੱਥ ਪੱਥ ਹੋਏ ਆ ਖੂਨ ਦੇ ਨਾਲ ਕੱਪੜੇ ਅਤੇ ਸਰ ਉਹ ਜਿਹੜਾ ਵਿਰੋਧੀ ਧੁਰ ਆਪਣੀ ਬਾਂਹ 'ਤੇ 4 ਟੱਕ ਲਾ ਕੇ ਆ ਗਿਆ ਸਰ ਉਹਨੂੰ ਵੀ ਬਰਾਬਰ ਹੀ ਲਿਖ ਰਹੇ ਆ ਕਿੱਥੇ ਆ ਸਰ ਨਿਆਂ ਸਾਨੂੰ ਨਿਆਂ ਚਾਹੀਦਾ ਵਾ ਮੈਨੂੰ ਨਿਆਂ ਚਾਹੀਦਾ ਸਰ ਮੇਰੇ ਨਾਲ ਪੈਸਾ ਨਹੀਂ ਆ ਮੇਰੇ ਨਾਲ ਕੋਈ ਪੈਸੇ ਵਾਲਾ ਬੰਦਾ ਨਹੀਂ ਹੈਗਾ ਸਰ ਮੈਨੂੰ ਨਿਆਂ ਚਾਹੀਦਾ ਮੈਂ ਗਰੀਬਣੀ ਆ ਇਹਨਾਂ ਦੇ ਮਗਰ ਸਰ ਪੈਸਾ ਚੱਲ ਰਿਹਾ ਜੋ ਡਾਕਟਰਾਂ ਨੂੰ ਵੀ ਦਿੱਤਾ ਜਾ ਰਿਹਾ ਪੁਲਿਸ ਸਰ ਸਭ ਨੂੰ ਪੈਸਾ ਦੇ ਕੇ ਕੰਮ ਕਰਾਇਆ ਜਾ ਰਿਹਾ ਤਾਂ ਤੁਸੀਂ ਡਾਕਟਰ ਦੇ ਖਿਲਾਫ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਸਰ ਡਾਕਟਰ ਕੋਈ ਜਾਂਚ ਕਮਿਸ਼ਨ ਸਰ ਬਿਠਾਇਆ ਜਾਵੇ ਜਿਹਦੇ ਨਾਲ ਸਰ ਜਾਂਚ ਹੋਵੇ ਦੁਬਾਰਾ ਜਾਂਚ ਕੀਤੀ ਜਾਵੇ ਬਾਹਰੋਂ ਡਾਕਟਰਾਂ ਦੀ ਜਾਂਚ ਡਾਕਟਰਾਂ ਦੁਆਰਾ ਜਾਂਚ ਕੀਤੀ ਜਾਵੇ ਉਹਨਾਂ ਦੇ ਜ਼ਖਮਾਂ ਦੀ ਜਿਹੜਾ ਮੇਰੇ ਹਸਬੈਂਡ ਦੇ ਖਤਮ ਕਰਨ ਦੀ ਇਹਨਾਂ ਨੇ